ਇਹ ਮੰਗਾ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਮੋੜ ਤੋਂ ਮੇਨ ਹਾਈਵੇ ਜਾਮ ਕੀਤਾ ਗਿਆ ਜਿਸ ਦੇ ਨਾਲ ਆਵਾਜਾਈ ਪ੍ਰਭਾਵਿਤ ਹੋਈ ਇਸ ਮੌਕੇ ਕਿਸਾਨ ਰਾਹੀਗਰਾਂ ਦੇ ਨਾਲ ਲੜਦੇ ਝਗੜਦੇ ਵੀ ਨਜ਼ਰ ਆਏ ਔਰ ਰਾਹੀਗਰਾਂ ਦੇ ਨਾਲ ਬਹਿਸਵਾਜ਼ੀ ਹੁੰਦੀ ਵੀ ਨਜ਼ਰ ਆਈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸੜਕ ਤੇ ਲੰਮੇ ਪੈ ਚੁੱਕੇ ਨੇ ਕਿਸਾਨ ਜਿਨ੍ਹਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਮਿੱਲ ਦੇ ਖਿਲਾਫ ਜ਼ੋਰਦਾਰ ਨਾਰੇਵਾਜ਼ੀ ਕੀਤੀ ਗਈ ਇਹਨਾਂ ਦਾ ਕਹਿਣਾ ਹੈ ਕਿ ਹਾਲੇ ਤੱਕ ਗੰਨੇ ਦੀ ਖਰੀਦ ਨਹੀਂ ਹੋਈ ਜਿਸ ਨੂੰ ਲੈ ਕੇ ਪਿਛਲੇ 10 ਦਿਨਾਂ ਤੋਂ ਇਹਨਾਂ ਦੇ ਵੱਲੋਂ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਲੁਧਿਆਣਾ ਹਿਸਾਰ ਹਾਈਵੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਵਾਹਨ ਸਵਾਰਾਂ ਦੇ ਨਾਲ ਵੀ ਇੱਥੇ ਬਹਿਸਵਾਜੀ ਹੋਈ ਸੰਗਰੂਰ ਦੇ ਧੂਰੀ ਦੇ ਵਿੱਚ ਗੰਨਾ ਕਿਸਾਨਾਂ ਦੇ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ ਮਿਲਦੇ ਬਾਹਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਮੇਨ ਹਾਈਵੇ ਜਾਮ ਕਰਕੇ ਕਿਸਾਨਾਂ ਨੇ ਦਰਿਆ ਵਿਛਾ ਲਈਆਂ ਜਿੱਥੇ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਇਹਨਾਂ ਦਾ ਕਹਿਣਾ ਹੈ ਕਿ ਗੰਨੇ ਦੀ ਖਰੀਦ ਨਹੀਂ ਹੋਈ ਜਿਸ ਕਾਰਨ ਕਿਸਾਨਾਂ ਨੂੰ ਖੱਜਲ ਹੋਣਾ ਪੈ ਰਿਹਾ ਤਾਂ ਕਿਸਾਨਾਂ ਨੇ ਮੁਰ ਤੋਂ ਮੁੱਖ ਹਾਈਵੇ ਜਾਮ ਕੀਤਾ ਸੜਕ ਤੇ ਲੰਮੇ ਪਏ ਪ੍ਰਸ਼ਾਸਨ ਅਤੇ ਮੈਨੇਜਮੈਂਟ ਦੇ ਨਾਲ ਕੋਈ ਗੱਲਬਾਤ ਨਹੀਂ ਬਣੀ ਜਿਸ ਕਰਕੇ ਉਹਨਾਂ ਨੇ ਲੁਧਿਆਣਾ ਹਿਸਾਰ ਹਾਈਵੇ ਜੰਪ ਕਰ ਦਿੱਤਾ ਇਹ ਮੰਗਾ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਮੋੜ ਤੋਂ ਮੇਨ ਹਾਈਵੇ ਜਾਮ ਕੀਤਾ ਗਿਆ ਜਿਸ ਦੇ ਨਾਲ ਆਵਾਜਾਈ ਪ੍ਰਭਾਵਿਤ ਹੋਈ ਇਸ ਮੌਕੇ ਕਿਸਾਨ ਰਾਹੀਗਰਾਂ ਦੇ ਨਾਲ ਲੜਦੇ ਝਗੜਦੇ ਵੀ ਨਜ਼ਰ ਆਏ ਔਰ ਰਾਹੀਗਰਾਂ ਦੇ ਨਾਲ ਬਹਿਸਵਾਜ਼ੀ ਹੁੰਦੀ ਵੀ ਨਜ਼ਰ ਆਈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸੜਕ ਤੇ ਲੰਮੇ ਪੈ ਚੁੱਕੇ ਨੇ ਕਿਸਾਨ ਜਿਨ੍ਹਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਮਿੱਲ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਇਹਨਾਂ ਦਾ ਕਹਿਣਾ ਹੈ ਕਿ ਹਾਲੇ ਤੱਕ ਗੰਨੇ ਦੀ ਖਰੀਦ ਨਹੀਂ ਹੋਈ ਜਿਸ ਨੂੰ ਲੈ ਕੇ ਪਿਛਲੇ 10 ਦਿਨਾਂ ਤੋਂ ਇਹਨਾਂ ਦੇ ਵੱਲੋਂ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਲੁਧਿਆਣਾ ਹਿਸਾਰ ਹਾਈਵੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਵਾਹਨ ਸਵਾਰਾਂ ਦੇ ਨਾਲ ਵੀ ਇੱਥੇ ਬਹਿਸਵਾਜੀ ਹੋਈ ਸੰਗਰੂਰ ਦੇ ਧੂਰੀ ਦੇ ਵਿੱਚ ਗੰਨਾ ਕਿਸਾਨਾਂ ਦੇ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ ਮਿਲਦੇ ਬਾਹਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਮੇਨ ਹਾਈਵੇ ਜਾਮ ਕਰਕੇ ਕਿਸਾਨਾਂ ਨੇ ਦਰਿਆ ਵਿਛਾ ਲਈਆਂ ਜਿੱਥੇ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਇਹਨਾਂ ਦਾ ਕਹਿਣਾ ਹੈ ਕਿ ਗੰਨੇ ਦੀ ਖਰੀਦ ਨਹੀਂ ਹੋਈ ਜਿਸ ਕਾਰਨ ਕਿਸਾਨਾਂ ਨੂੰ ਖੱਜਲ ਹੋਣਾ ਪੈ ਰਿਹਾ ਤਾਂ ਕਿਸਾਨਾਂ ਨੇ ਮੁਰ ਤੋਂ ਮੁੱਖ ਹਾਈਵੇ ਜਾਮ ਕੀਤਾ ਸੜਕ ਤੇ ਲੰਮੇ ਪਏ ਪ੍ਰਸ਼ਾਸਨ ਅਤੇ ਮੈਨੇਜਮੈਂਟ ਦੇ ਨਾਲ ਕੋਈ ਗੱਲਬਾਤ ਨਹੀਂ ਬਣੀ ਜਿਸ ਕਰਕੇ ਉਹਨਾਂ ਨੇ ਲੁਧਿਆਣਾ ਹਿਸਾਰ ਹਾਈਵੇ ਜਾਮ ਕਰ ਦਿੱਤਾ